ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਅਸੀਂ ਤਿੰਨ ਇਤਿਹਾਸਿਕ ਬੇਰੀਆਂ ਦੇ ਦਰਸ਼ਨ ਕਰਦੇ ਹਾਂ, ਪਰ ਅੱਜ ਅਸੀਂ ਇਤਿਹਾਸਿਕ ਇਮਲੀ ਦੇ ਰੁੱਖ ਦੇ ਦਰਸ਼ਨ ਕਰਨ ਜਾ ਰਹੇ ਹਾਂ। ਇਹ ਜੋ ਰੁੱਖ ਜਾਂ ਬੂਟਾ ਤੁਸੀਂ ਦੇਖ ਰਹੇ ਹੋ, ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਹੈ, ਜੋ ਸਾਨੂੰ ਪੁਰਾਤਨ ਇਤਿਹਾਸ ਨਾਲ ਜੋੜਦਾ ਹੈ। ਕਹਿੰਦੇ ਹਨ, ਜਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸਨ, ਉਸ ਵੇਲੇ ਦੇਸ਼ ਪੰਜਾਬ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਸੀ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਕੋਲੋਂ ਕੋਈ ਭੁੱਲ ਹੋ ਗਈ, ਭਾਵ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਉਹਨਾਂ ਕਰ ਦਿੱਤੀ, ਜਿਸ ਬਾਰੇ ਜਦੋਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਬੇਖੌਫ ਹੋ ਕੇ ਮਹਾਰਾਜੇ ਨੂੰ ਅਕਾਲ ਤਖਤ ਸਾਹਿਬ ਪੇਸ਼ ਹੋਣ ਅਤੇ ਆਪਣੀ ਸਫਾਈ ਕਹਿਣ ਦਾ ਸੱਦਾ ਦਿੱਤਾ। ਜਦ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਪੇਸ਼ ਹੋਏ ਤਾਂ ਸਾਰੇ ਗੱਲਬਾਤ ਤੋਂ ਬਾਅਦ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਲੰਘਣਾ ਸਾਬਿਤ ਹੋਣ ਤੇ ਸਜ਼ਾ ਸੁਣਾ ਦਿੱਤੀ। ਸਜ਼ਾ ਇਹ ਕਿ ਮਹਾਰਾਜੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਇਮਲੀ ਦੇ ਰੁੱਖ ਨਾਲ ਬੰਨ ਕੇ ਸਾਰਿਆਂ ਦੇ ਸਾਹਮਣੇ ਘੋੜੇ ਮਾਰੇ ਜਾਣ। ਸੋ ਇਹ ਸਜ਼ਾ ਸੀ। ਉਧਰ ਨਿਮਰਤਾ ਦੇ ਪੁੰਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਹੁਕਮ ਅੱਗੇ ਸੀਸ ਝੁਕਾਇਆ ਅਤੇ ਜਾ ਕੇ ਦਰਖਤ ਨੂੰ ਗਲਵੱਕੜੀ ਪਾ ਲਈ। ਸਿੰਘ ਕੋੜੇ ਮਾਰਨ ਲਈ ਤਿਆਰ ਹੋ ਗਏ, ਪਰ ਸਾਹਮਣੇ ਖੜੀਆਂ ਸੰਗਤਾਂ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ, ਧੰਨ ਮਹਾਰਾਜਾ, ਧੰਨ ਮਹਾਰਾਜਾ, ਰਾਜਾ ਹੋਵੇ ਤਾਂ ਐਸਾ। ਸੰਗਤਾਂ ਨੇ ਅਕਾਲੀ ਫੂਲਾ ਸਿੰਘ ਜੀ ਨੂੰ ਕਿਹਾ ਕਿ ਸਿੰਘ ਸਾਹਿਬ, ਇਹਨਾਂ ਦਾ ਸਜ਼ਾ ਨੂੰ ਮੰਨ ਲੈਣਾ ਹੈ, ਸਜ਼ਾ ਭੁਗਤ ਲੈਣਾ ਹੈ, ਕਿਰਪਾ ਕਰਕੇ ਇਹਨਾਂ ਦੀ ਇਸ ਸਜ਼ਾ ਨੂੰ ਹੁਣ ਮਾਫ਼ ਕਰ ਦਿੱਤਾ ਜਾਵੇ। ਤਾਂ ਕਹਿੰਦੇ ਹਨ, ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋੜੇ ਨਹੀਂ ਮਾਰੇ ਗਏ, ਪਰ ਜਿਸ ਰੁੱਖ ਨਾਲ ਬੰਨ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ, ਜਿਸ ਨਾਲ ਬੰਨਿਆ ਗਿਆ, ਇਹ ਉਹੀ ਇਮਲੀ ਦਾ ਰੁੱਖ ਹੈ। ਪਰ ਜਦ ਮੈਂ ਇਤਿਹਾਸ ਪੜ੍ਹ ਕੇ ਇਸ ਰੁੱਖ ਦੇ ਦਰਸ਼ਨ ਕੀਤੇ ਤਾਂ ਦੇਖਿਆ ਇੱਥੇ ਤਾਂ ਕੋਈ ਰੁੱਖ ਹੈ ਹੀ ਨਹੀਂ, ਬਲਕਿ ਇੱਥੇ ਤਾਂ ਇਮਲੀ ਦਾ ਇੱਕ ਬੂਟਾ ਹੈ। ਸੋਚਿਆ, ਇਸ ਬੂਟੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਵੇਂ ਬੰਨਿਆ ਹੋਏਗਾ, ਇਸ ਨਾਲ ਤਾਂ ਕਿਸੇ ਨੂੰ ਬੰਨਿਆ ਨਹੀਂ ਜਾ ਸਕਦਾ। ਫਿਰ ਜਦ ਇਤਿਹਾਸ ਖੋਜਿਆ ਤਾਂ ਪਤਾ ਲੱਗਾ ਕਿ ਜਿਹੜਾ ਇਮਲੀ ਦਾ ਰੁੱਖ ਉਸ ਵੇਲੇ ਸੀ ਉਹ ਤਾਂ ਬਹੁਤ ਵੱਡਾ ਸੀ, ਪਰ ਜਦ 1984 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਇਸ ਹਮਲੇ ਦਾ ਸ਼ਿਕਾਰ ਸਿਰਫ ਅਕਾਲ ਤਖਤ ਹੀ ਨਹੀਂ ਹੋਇਆ, ਬਲਕਿ ਇਸ ਹਮਲੇ 'ਚ ਇਮਲੀ ਦਾ ਰੁੱਖ ਵੀ ਬੁਰੀ ਤਰ੍ਹਾਂ ਨਾਲ ਮਾਰਿਆ ਗਿਆ। ਹੁਣ ਇਹ ਰੁੱਖ ਇੱਥੇ ਨਹੀਂ ਹੈ, ਪਰ ਉਸੇ ਥਾਂ 'ਤੇ ਹੁਣ ਦੁਬਾਰਾ ਇਮਲੀ ਦਾ ਬੂਟਾ ਲਾਇਆ ਗਿਆ ਹੈ, ਜੋ ਕਿ ਹੁਣ ਥੋੜ੍ਹਾ ਵੱਡਾ ਹੋ ਚੁੱਕਾ ਹੈ, ਜਿਸ ਨੂੰ ਦੇਖ ਕੇ ਅੱਜ ਵੀ ਪੁਰਾਤਨ ਇਤਿਹਾਸ ਤਾਜ਼ਾ ਹੋ ਜਾਂਦਾ ਹੈ। ਸੋ ਗੁਰੂ ਪਿਆਰੋ, ਇਹ ਇਮਲੀ ਦਾ ਬੂਟਾ ਇਤਿਹਾਸ ਨੂੰ ਯਾਦ ਵੀ ਕਰਾਉਂਦਾ ਅਤੇ ਨਾਲ ਹੀ ਇਹ ਸੁਨੇਹਾ ਵੀ ਦਿੰਦਾ ਹੈ ਕਿ ਕੌਮ ਦਾ ਜਥੇਦਾਰ ਕਿਵੇਂ ਦਾ ਹੋਣਾ ਚਾਹੀਦਾ। ਜਥੇਦਾਰ ਉਹ ਜੋ ਦੇਸ਼ ਦੇ ਮੁਖੀ ਤੋਂ ਵੀ ਨਾ ਘਬਰਾਵੇ, ਜੋ ਨਿਰਭਉ ਹੋਵੇ, ਅਤੇ ਇਹ ਐਸਾ ਜਥੇਦਾਰ ਜੋ ਲੋੜ ਪੈਣ ਤੇ ਅੱਗੇ ਲੱਗ ਕੇ ਕੌਮ ਦੀ ਅਗਵਾਈ ਕਰੇ ਤੇ ਕੌਮ ਲਈ ਲੜੇ, ਕੌਮ ਨੂੰ ਸੇਧ ਦੇਵੇ। ਜਦ ਸਾਡੀ ਕੌਮ ਕੋਲ ਇਹੋ ਜਿਹੇ ਜਥੇਦਾਰ ਹੋਣਗੇ ਤਾਂ ਕੌਮ ਜ਼ਰੂਰ ਅੱਗੇ ਵਧੇਗੀ ਅਤੇ ਆਪਣੇ ਨਿਸ਼ਾਨਿਆਂ 'ਤੇ ਪੁੱਜੇਗੀ। ਧੰਨਵਾਦ। ਤਾਂ ਗੁਰੂ ਪਿਆਰਿਓ, ਇਹ ਸੀ ਸੰਖੇਪ 'ਚ ਸ੍ਰੀ ਦਰਬਾਰ ਸਾਹਿਬ ਅੰਦਰ ਲੱਗੇ ਇਮਲੀ ਦੇ ਰੁੱਖ ਬਾਰੇ ਜਾਣਕਾਰੀ। ਜੇ ਤੁਹਾਡੇ ਕੋਲ ਵੀ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਕੋਈ ਜਾਣਕਾਰੀ ਹੈ ਜੋ ਸਾਨੂੰ ਹੁਣ ਤੱਕ ਨਹੀਂ ਪਤਾ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।